आयुष्मान स्कीम तहत नियमा दी उठ रही ने तजिया। जी हाँ, श्री मुक्तसर साहब दे सिविल हस्पताल दे विच प्राइवेट हस्पतालां दी मशहूरी शरेआम की जा रही है। लोड़वंदा नूं सही इलाज मुफ्त देण लई चल रही आयुष्मान स्कीम बेशक सरकारी स्कीम है। स्टेट हेल्थ एजेंसी अनुसार इस स्कीम की मशहूरी नियमों तहत एक विशेष फॉर्मेट की वरतों नाल ही की जा सकती है। जो हस्पताल इन्हां नियमों की पालना नहीं करते, स्टेट हेल्थ एजेंसी वालों अजे हस्पतालों विरुद्ध कार्रवाई की जाती है। हस्पताल के अंदर जच्चा बच्चा वार्ड विच पर्ची काउंटर ते एक निजी हस्पताल ने जिथे अपनी मशहूरी दे फ्लैक्स लगाए हुए ने, उते ही इन्हां फ्लैक्सां ते नियमों नूं छिक्के टंगदियां आयुष्मान स्कीम जो की सरकारी स्कीम है उसकी मशहूरी भी की गई है। सिविल सर्जन डॉक्टर रंजू सिंगला अनुसार उन्हां दी नजर विच ए सब कुछ आया है ते इस मामले विच बनती कार्रवाई की जाएगी। ਕੁਛ ਨਾ ਪ੍ਰਾਈਵੇਟ ਹਸਪੀਟਲਸ ਦੀ ਐਡਸ ਨੇ ਜਿਹੜੀਆਂ ਉਹ ਸਿਵਲ ਹਸਪੀਟਲ ਦੇ ਅੰਦਰ ਕੀਤੀਆਂ ਗਈਆਂ ਨੇ। ਇਸ ਬਾਰੇ ਤੁਸੀਂ ਤੁਹਾਡੇ ਕਹਿਣ ਤੇ ਧਿਆਨ ਦੇ ਵਿੱਚ ਆਇਆ ਤੇ ਆਪਾਂ SMOs ਨੂੰ SMO ਨੂੰ ਕਹਿ ਕੇ ਤੇ ਇਸ ਤੇ ਐਕਸ਼ਨ ਲਾਇਆ ਜਾਏਗਾ ਤੇ ਅੱਗੇ ਤੋਂ ਇਹ ਜਿਹੜਾ ਹੈਗਾ ਤੁਰੰਤ ਇਫੈਕਟਿਵ ਹੋਏਗਾ ਤੇ ਐਡਸ ਜਿਹੜੀਆਂ ਵੀ ਪ੍ਰਾਈਵੇਟ ਹਸਪੀਟਲ ਦੀਆਂ ਲੱਗੀਆਂ ਉਹ ਸਾਰੀਆਂ ਉੱਥੇ ਵਰਤੀਆਂ ਜਾਣ। ਸਰਕਾਰ ਦੀਆਂ ਸਕੀਮਾਂ ਦੀ ਨਿੱਜੀ ਅਦਾਰੇ ਕਿਸ ਤਰ੍ਹਾਂ ਦੇ ਨਾਲ ਆਪਣੀ ਮਸ਼ਹੂਰੀ ਲਈ ਵਰਤੋਂ ਕਰਦੇ ਨੇ ਉਸ ਦੀ ਇੱਕ ਉਦਾਹਰਨ ਹੈ। ਉਤੇ ਹੀ ਸਰਕਾਰੀ ਵਿਭਾਗ ਨੂੰ ਸੰਭਾਲਣ ਵਾਲੇ ਅਤੇ ਸਿਹਤ ਸਹੂਲਤਾਂ ਦੇ ਵੱਡੇ ਦਾਅਵੇ ਕਰਨ ਵਾਲੇ ਕਿਵੇਂ ਅੱਖਾਂ ਮੀਚੀ ਬੈਠੇ ਨੇ, ਇਹ ਵੀ ਇੱਕ ਵੱਡਾ ਸਵਾਲ ਹੈ। ਸਰਕਾਰੀ ਨਿਯਮਾਂ ਦੇ ਮੁਤਾਬਕ ਇਸ ਤਰ੍ਹਾਂ ਸਰਕਾਰੀ ਹਸਪਤਾਲ ਦੇ ਵਿਹੜੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਐਡ ਜਿਹੜੀ ਬੈਨ ਆ, ਔਰ ਵੱਡੀ ਗੱਲ ਕੀ ਆ, ਸਰਕਾਰ ਦੀ ਇੱਕ ਸਕੀਮ ਹੈ ਆਯੁਸ਼ਮਾਨ ਸਕੀਮ, 5 ਲੱਖ ਵਾਲਾ ਜਿਹੜਾ ਕਾਰਡ ਹੈ ਜਿਹਦੇ 'ਚ ਸਿਹਤ ਬੀਮਾ ਮਿਲਦਾ ਹੈਗਾ। ਇਹ ਸਕੀਮ ਦੀ ਐਡ ਜਿਹੜੀ ਆ ਉਹ ਸਟੇਟ ਹੈਲਥ ਏਜੰਸੀ ਦੀ IEC ਰੂਲਸ ਨੇ ਜਿਹੜੇ ਉਹਦੇ ਤਹਿਤ ਹੀ ਹੋ ਸਕਦੀ ਹੈ, ਜਿਹੜਾ ਇੱਕ ਮੈਟਰ ਉਹਨਾਂ ਨੇ ਸਪੈਸ਼ਲੀ ਆਪਦੀ ਵੈਬਸਾਈਟ ਦੇ ਉੱਤੇ ਪਾਇਆ ਹੋਇਆ। ਪਰ ਹਸਪਤਾਲ ਦੇ ਵਿੱਚ ਇਕੱਲੀ ਇਸ ਜਗ੍ਹਾ ਹੀ ਨਹੀਂ ਬਲਕਿ ਅੰਦਰਲੇ ਪਾਸੇ ਜੱਚਾ ਬੱਚਾ ਵਾਰਡ ਜਾਂ ਹੋਰ ਵਾਰਡਾਂ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਐਡ ਜਿਹੜੀਆਂ ਹੈਗੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ। ਸਾਡੀ ਇਸ ਮਾਮਲੇ ਦੇ ਵਿੱਚ ਸਿਵਲ ਸਰਜਨ ਡਾਕਟਰ ਰੰਜੂ ਸਿੰਗਲਾ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਹੁਣ ਆਇਆ ਔਰ ਜ਼ਰੂਰ ਉਹ ਜਿਹੜੀ ਬਣਦੀ ਕਾਰਵਾਈ ਇਸ ਮਾਮਲੇ 'ਚ ਕਰਨਗੇ। ਆਉਣ ਵਾਲੇ ਦਿਨਾਂ 'ਚ ਉਹ ਕਾਰਵਾਈ ਹੁੰਦੀ ਆ ਜਾਂ ਨਹੀਂ, ਸਾਡੀ ਇਸ 'ਤੇ ਨਜ਼ਰ ਬਣੀ ਰਹੇਗੀ। PTC ਨਿਊਜ਼ ਲਈ ਕੈਮਰਾਮੈਨ ਸੁਰੇਸ਼ ਗਰਗ ਦੇ ਨਾਲ ਕੁਲਦੀਪ ਸਿੰਘ ਰੀਨੀ, ਸ਼੍ਰੀ ਮੁਕਤਸਰ ਸਾਹਿਬ।